ਪੰਜਾਬ ਦੀ ਬਹੁਤ ਮਸ਼ਹੂਰ ਰੈਸਪੀ ਹੈ ਸਰਦੀ ਦੇ ਵਿੱਚ, ਸਰੋਂ ਦਾ ਸਾਗ। ਸਰੋਂ ਦਾ ਸਾਗ ਹੈ ਜਿਹੜਾ, ਉਹ ਮੈਂ ਗੁੱਟੀਆਂ ਨਾਲ ਨਹੀਂ, ਮੈਂ ਖੇਤੋਂ ਹੀ ਲਿਆਂਦਾ ਸੀਗਾ। ਖੇਤੋਂ ਲਿਆ ਕੇ ਤੇ ਫਿਰ ਮੈਂ ਇਸ ਤਰ੍ਹਾਂ ਕਰਕੇ ਥੋੜਾ ਜਿਵੇਂ ਸਾਗ ਦੀ ਇਸ ਤਰ੍ਹਾਂ ਦੀ ਡੰਡਲ ਹੁੰਦੀ ਹੈ, ਇਸ ਤਰ੍ਹਾਂ ਦੀਆਂ ਗੰਦਲਾਂ ਹੁੰਦੀਆਂ। ਇਹਦੀ ਜਿਹੜੀ ਆਹ ਹੁੰਦੀ ਹੈ ਥੋੜੀ ਹਾਰਡ ਸਕਿਨ ਹੁੰਦੀ ਹੈ ਜਿਹੜੀ, ਇਹਨੂੰ ਆਪਾਂ ਪੀਲ ਆਫ ਕਰ ਲਿਆ। ਜਿਹੜੀਆਂ ਤਾਂ ਤਾਜ਼ੀਆਂ ਗੰਦਲਾਂ ਜਮਾਂ ਹੀ ਬਿਲਕੁਲ ਲਵੀਆਂ ਜੀਆਂ, ਉਹਨਾਂ ਨੂੰ ਨਹੀਂ, ਪਰ ਜਿਹੜੀ ਥੋੜੀ ਜਿਹੀ ਮੋਟੀ ਗੰਦਲ ਹੈ ਉਹਨੂੰ ਆਪਾਂ ਸਾਰੇ ਨੂੰ ਆਹ ਵੇਖੋ ਪੀਲ ਆਫ ਕਰਕੇ ਮੈਂ ਰੱਖ ਲਈ। ਇਹਦੇ ਵਿੱਚ ਪਊਗਾ ਸਰੋਂ ਦਾ ਸਾਗ, ਸਰੋਂ ਦੀਆਂ ਗੰਦਲਾਂ, ਔਰ ਇਹ ਆ ਗਈ ਜੀ ਪਾਲਕ ਸਪਿੰਚ, ਔਰ ਇਹ ਆ ਗਿਆ ਜੀ ਆਪਣੇ ਕੋਲ ਮੇਥੇ, ਜਿਹਨਾਂ ਨੂੰ ਆਪਾਂ ਮੇਥੀ ਵੀ ਕਹਿੰਦੇ ਨੇ, ਗੁੱਟੀਆਂ ਦੇ ਵਿੱਚ ਆਉਂਦੀ ਹੈ ਮਾਰਕੀਟ ਦੇ ਵਿੱਚ ਤਾਂ, ਬਟ ਮੈਂ ਇਹ ਖੇਤੋਂ ਹੀ ਤੋੜ ਕੇ ਲਿਆਂਦੀਆਂ ਸੀਗੀਆਂ। ਔਰ ਇਹ ਆ ਗਿਆ ਆਪਣੇ ਕੋਲ ਬਥੂਆ, ਹਿੰਦੀ ਦੇ ਵਿੱਚ ਬਥੂਆ ਕਹਿੰਦੇ ਆ, ਸਾਡੇ ਪੰਜਾਬ ਦੇ ਵਿੱਚ ਤਾਂ ਇਹਨੂੰ ਬਾਥੂ ਹੀ ਕਹਿੰਦੇ ਆ ਜੀ। ਤਾਂ ਆਓ ਫਿਰ, ਇਹਦਾ ਥੋੜ੍ਹਾ ਪ੍ਰੋਸੀਜਰ ਲੰਮਾ ਹੀ ਹੁੰਦਾ, ਤਾਂ ਆਓ ਆਪਾਂ ਫਿਰ ਬਣਾਉਂਦੇ ਹਾਂ। ਖੁੱਲ੍ਹੇ ਪਾਣੀ ਦੇ ਵਿੱਚ ਥੋੜ੍ਹਾ ਇਸ ਤਰ੍ਹਾਂ ਸਾਫ਼ ਧੋਇਆ ਜਾਏ ਤਾਂ ਬਹੁਤ ਵਧੀਆ ਗੱਲ ਹੁੰਦੀ ਹੈ, ਕਿਉਂਕਿ ਸਾਫ਼ ਦੇ ਵਿੱਚ ਜਿਹੜਾ ਥੋੜ੍ਹਾ ਬਹੁਤ ਜੇ ਕੋਈ ਮਿੱਟੀ ਮੁੱਟੀ ਹੋਵੇਗੀ ਤਾਂ ਆਸਾਨੀ ਨਾਲ ਨਿਕਲ ਜਾਂਦੀ ਹੈ। ਜਿਸ ਤਰ੍ਹਾਂ ਆਪਾਂ ਹੁਣ ਸਰੋਂ ਦੀਆਂ ਗੰਦਲਾਂ ਧੋ ਲਈਆਂ, ਇਸੇ ਤਰ੍ਹਾਂ ਹੀ ਆਪਾਂ ਹੁਣ ਵਿੱਚ ਬਾਥੂ ਪਾਲਕ ਔਰ ਮੇਥੇ ਕਿੰਨੇ ਚੀਜ਼ਾਂ ਧੋ ਲਵਾਂਗੇ। ਬਾਲਕ ਦੇ ਬਾਥੂ ਹੈ ਜਿਹੜੇ, ਇਹ ਥੋੜਾ ਜਿਹਾ ਜ਼ਿਆਦਾ ਹੀ ਪਾਣੀ ਭਾਲਦੇ ਆ, ਕਿਉਂਕਿ ਇਹ ਵੇਖੋ ਮਿੱਟੀ ਇਹਨਾਂ ਚ ਜ਼ਿਆਦਾ ਹੁੰਦੀ ਹੈ। ਸਰੋਂ ਥੋੜੀ ਗਰਾਊਂਡ ਤੋਂ ਉੱਪਰ ਉੱਗੀ ਹੁੰਦੀ ਹੈ, ਇਹ ਜਮਾਂ ਗਰਾਊਂਡ ਦੇ ਨਾਲ ਲੱਗੇ ਹੁੰਦੇ ਇਹਨਾਂ ਦੇ ਪੌਦੇ। ਇਸ ਤਰ੍ਹਾਂ ਆਪਾਂ ਥੱਲੇ ਤੋਂ ਇੱਕ ਵਾਰੀ ਪਾਣੀ ਸਾਰਾ ਕੱਢ ਕੇ ਹੋਰ ਦੂਸਰੀ ਵਾਰੀ ਦੇ ਪਾਣੀ ਨਾਲ ਧੋਵਾਂਗੇ ਤਾਂ ਫਿਰ ਪਾਣੀ ਬਿਲਕੁਲ ਸਾਫ਼ ਆ ਰਿਹਾ। ਹੁਣ ਆਪਣੀ ਜਿਹੜੀ ਪਾਲਕ ਹੈ ਸਾਫ਼ ਹੋਏਗੀ, ਨੀਚੇ ਤੋਂ ਪਾਣੀ ਬਿਲਕੁਲ ਸਾਫ਼ ਆ ਰਿਹਾ ਨਾ। ਇਸੇ ਤਰ੍ਹਾਂ ਹੀ ਆਪਾਂ ਹੁਣ ਖੁੱਲ੍ਹੇ ਪਾਣੀ ਦੇ ਵਿੱਚ ਚੁੱਗੀ ਹੋਈ ਹੈ ਜਿਹੜੀ ਸਾਰੀ ਆਪਣੀ ਸਾਰਾ ਬਾਥੂ ਹੈ ਉਹ ਧੋ ਲਈਏ। ਇਹਦੇ ਵਿੱਚ ਥੋੜ੍ਹੀ ਜਿਹੀ ਨਾ ਕਿਰਕ ਜ਼ਿਆਦਾ, ਮਤਲਬ ਮਿੱਟੀ ਜ਼ਿਆਦਾ ਹੁੰਦੀ ਹੈ, ਇਹਨੂੰ ਅੱਛੇ ਚੰਗੇ ਖੁੱਲ੍ਹੇ ਪਾਣੀ ਵਿੱਚ ਹੀ ਧੋਣਾ ਚਾਹੀਦਾ। ਇਹਨੂੰ ਵੀ ਆਪਾਂ ਪਾਲਕ ਦੀ ਵਾਂਗੂ ਦੋ ਤਰ੍ਹਾਂ ਦੋ ਪਾਣੀ ਨਾਲ ਹੀ ਧੋਵਾਂਗੇ। ਮਿੱਟੀ ਵਾਲਾ ਪਾਣੀ ਨਿਕਲ ਰਿਹਾ ਨਾ ਉੱਪਰੋਂ, ਆਪਾਂ ਹੋਰ ਪਾਣੀ ਨਾਲ ਧੋ ਲਾਂਗੇ ਅਤੇ ਸਾਫ਼ ਹੋ ਜਾਵੇ। ਡੰਡਲ ਨਹੀਂ ਲਿਆ, ਬਿਲਕੁਲ ਬਰੀਕ ਬਰੀਕ ਕੱਲੇ 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 ਪੱਤੇ ਪੱਤੇ ਹੀ ਆਪਾਂ ਤੋੜੇ ਆ, ਕਿਉਂਕਿ ਇਹਦੀ ਡੰਡੀ ਹੈ ਜਿਹੜੀ ਉਹ ਸਾਗ ਦੇ ਵਿੱਚ
ਘੁੱਟਦੀ ਨਹੀਂ ਚੰਗੀ ਤਰ੍ਹਾਂ, ਮਤਲਬ ਮੈਸ਼ ਨਹੀਂ ਹੁੰਦੀ ਔਰ ਸਾਗ ਹੈ ਜਿਹੜਾ ਉਹ ਵਧੀਆ ਨਹੀਂ ਘੁੱਲਦਾ ਹੈਗਾ। ਇੱਕ ਲੀਟਰ ਪਾਣੀ ਦਾ ਪਾ ਕੇ ਚੁੱਲ੍ਹੇ ਤੇ ਰੱਖਤਾ। ਇਹ ਤਾਂ ਤੁਹਾਨੂੰ ਮੈਂ ਦੱਸ ਹੀ ਦਿੱਤਾ ਸੀਗਾ ਵੀ ਜਿਹੜਾ ਕੁਛ ਸਾਗ ਦੇ ਵਿੱਚ ਪੈਣਾ ਹੈ, ਉਸ ਤੋਂ ਬਿਨਾ ਤੜਕੇ ਦੇ ਵਿੱਚ ਹੁੰਦਾ ਜਿਹੜਾ ਇਹਦੇ ਵਿੱਚ ਪੈਣਗੇ ਖੁੱਲੇ ਸਾਰੇ ਪਿਆਜ਼ ਪੈਣਗੇ, ਲਸਣ ਹੈ ਜਿਹੜਾ ਲਸਣ ਔਰ ਹਰੀ ਮਿਰਚ ਆਪਾਂ ਬਣਦੇ ਸਾਗ ਦੇ ਵਿੱਚ ਹੀ ਪਾਵਾਂਗੇ, ਅਦਰਕ ਟਮਾਟਰ ਪਿਆਜ਼ ਇਹਨਾਂ ਦਾ ਆਪਾਂ ਤੜਕਾ ਲਾਵਾਂਗੇ, ਔਰ ਇਹਦੇ ਵਿੱਚ ਹਲਦੀ ਮਸਾਲਾ ਹੋਰ ਕੁਛ ਨਹੀਂ ਪੈਂਦਾ ਹੈਗਾ, ਸਿਰਫ ਪਊਗਾ ਰੈੱਡ ਚਿੱਲੀ ਪਾਊਡਰ ਅਤੇ ਨਮਕ, ਬਸ ਦੋ ਹੀ ਇਹਦੇ ਵਿੱਚ ਮਸਾਲੇ ਪੈਣਗੇ, ਹੋਰ ਕੋਈ ਮਸਾਲਾ ਨਹੀਂ ਜਾਊਗਾ ਇਹਦੇ ਵਿੱਚ, ਜਿਹੜਾ ਕਿ ਆਪਾਂ ਸਾਗ ਪਾਉਣ ਤੋਂ ਬਾਅਦ 'ਚ ਪਾਵਾਂਗੇ। ਅਸੀਂ ਕਈ ਥਾਵਾਂ ਤੇ ਦਾਤ ਨਾਲ ਵੀ ਚੀਰ ਲੈਂਦੇ ਆ, ਟੋਕੀ ਨਾਲ ਵੀ ਚੀਰ ਲੈਂਦੇ ਆ, ਪਰ ਮੈਂ ਜਿਹੜਾ ਹੈਗਾ ਦੋਨੋਂ ਤਰ੍ਹਾਂ ਨਾਲ ਆਪਾਂ ਕੱਟ ਤਾਂ ਲੈਂਦੇ ਹਾਂ, ਪਰ ਮੈਂ ਸਾਗ ਟੋਕੀ ਨਾਲ ਹੀ ਚੀਰਦੀ ਹਾਂ ਕਿਉਂਕਿ ਜਦੋਂ ਥੋੜ੍ਹਾ ਜਿਹਾ ਸੁੱਕ ਪੈ ਜਾਏ ਨਾ ਫਿਰ ਬੰਦਾ ਥੋੜ੍ਹਾ ਜਿਹਾ ਘੱਟ ਹੀ ਹੱਥ ਨਾਲ ਕੰਮ ਕਰਦਾ। ਇਸ ਤਰ੍ਹਾਂ ਥੋੜ੍ਹਾ ਥੋੜ੍ਹਾ ਲਾਉਂਦੇ ਜਾਵਾਂਗੇ ਤਾਂ ਥੋੜ੍ਹਾ ਥੋੜ੍ਹਾ ਹੀ ਆਪਾਂ ਉਤਰਦੇ ਜਾਵਾਂਗੇ। ਬੋਇਲ ਆ ਗਿਆ ਪਾਣੀ, ਪਾਣੀ ਨੂੰ ਬੋਇਲ ਆ ਗਿਆ, ਹੁਣ ਆਪਾਂ ਇਹਦੇ ਵਿੱਚ ਹੈਗਾ ਜਿਹੜਾ ਕੁਤਰਿਆ ਹੋਇਆ ਸਾਗ ਆਪਣਾ ਹੁਣ ਹਜੇ ਕੋਲੋਂ ਬਣੀ ਜੂਗਾ ਪੱਕੀ ਜੂਗਾ, ਨਾਲ ਦੀ ਨਾਲ ਆਪਾਂ ਹੋਰ ਹੈ ਜਿਹੜਾ ਉਹ ਉਤਰਦੇ ਜਾਵਾਂਗੇ। ਜਿਹੜਾ ਪਹਿਲਾਂ ਪਾਇਆ ਸਾਗ ਸੀ ਇਸ ਤਰ੍ਹਾਂ ਮੈਸ਼ਰ ਦੀ ਡੰਡੀ ਨਾਲ, ਮਤਲਬ ਸਾਡੇ ਤਾਂ ਪੰਜਾਬ ਦੇ ਵਿੱਚ ਤਾਂ ਇਹਨੂੰ ਮਧਾਣੀ ਕਹਿੰਦੇ ਆ, ਮਧਾਣੀ ਦੀ ਡੰਡੀ ਨਾਲ ਆਪਾਂ ਥੱਲੇ ਕਰ ਦਿੱਤਾ। ਇਹ ਥੋੜ੍ਹਾ ਜਿਹਾ ਹੋਰ ਜਦੋਂ ਇਹਨੂੰ ਬੋਇਲ ਆ ਗਏ ਇਹ ਫਿਰ ਥੱਲੇ ਬੈਠ ਜੂਗਾ, ਤਾਂ ਇਹਦੇ ਵਿੱਚ ਹੁਣ ਆਪਾਂ ਦੂਸਰਾ ਰਹਿੰਦਾ ਮਟੀਰੀਅਲ ਵੀ ਆਪਾਂ ਕੁਤਰ ਕੇ ਵਿੱਚ ਪਾਵਾਂਗੇ। ਦੇਖੋ ਜਿਵੇਂ ਹੁਣ ਇਹ ਕੁੱਜੇ ਚੁੱਤੋਂ ਤੱਕ ਭਰ ਗਿਆ,
पर जदों नूं आपां दूसरा कुतरांगे साग मटीरियल उन्हें नूं ये थले बैठ जाऊगा। बस हूँ जो थोड़ा नीवा हो जाऊगा उस तो बाद ही पाऊगा जो साग सारा अपना पै चुके इस तरह इन मदानी थले करते रहेंगे और जो साग है सारा पै चुके हूँ सब तो इस स्टेज पर जो आ गया नमक पावांगे नमक ते थोड़ी जी मिर्च पा दांगे नमक नाल जिहड़ा ये साग है ये जल्दी अपना हो जूगा चार तीन चम्मच मैं जिहड़ी हैगा नमक पाता रेड चिली पाउडर मैं सिर्फ 2 चम्मच ही पाऊंगी क्योंकि ये मैं हरिया मिर्चा कुछ तड़के दे विच पाऊं कुछ ये रिझदे दे विच पाऊंगी बन दे विच ये नमक मिर्च नाल हुण अपना जिहड़ा साग जल्दी पीला होगा नमक नाल हुण ये कोलो साग मेरा बन रहा तो मैं जिहड़ा हैगा कोलो लसन ते हरी मिर्च जिहड़ी लसन छिलन वास्ते मेरी बेटी नूं भी हेल्प वास्ते ला लिया क्योंकि विच रिझदे दे पकदे साग दे विच पावांगे ना तो इस चीज़ का जिहड़ा टेस्ट है होर भी ज़्यादा वधिया हुंदा है लसन ते हरी मिर्च हरिया मिर्चा भी साइड ते मैं धो के लै रखी और इन्हां दी जड़ियां है कई लोग है जो हरी मिर्च भी पा लेंगे और साबुत लाल मिर्च भी एक मुंडे दे विच कुट के पा लेंगे उहदा टेस्ट भी है जिहड़ा साग का टेस्ट दुगना हो जाता है जे आपां इस तरह हरी मिर्च या लाल मिर्च ताजी कुट के पाईए तां लसन मतलब गार्लिक
ਤੇ ਗ੍ਰੀਨ ਚਿੱਲੀ ਇਹਨਾਂ ਦਾ ਪੇਸਟ ਬਣ ਗਿਆ ਇਹ ਆਪਾਂ ਹੁਣ ਇਹਦੇ ਨਾਲ ਜਿਹੜਾ ਆ ਚੀਜ਼ ਹੈ ਨਾ ਮਤਲਬ ਜਿਹੜੀ ਆਹ ਪੇਸਟ ਆਪਾਂ ਫਰੈਸ਼ ਕੁੱਟ ਕੇ ਪਾਈ ਹੈ ਮੈਂ ਤੇ ਇਹਦੇ ਨਾਲ ਬਹੁਤ ਜ਼ਿਆਦਾ ਟੇਸਟ ਆਊਗਾ ਇਸ ਚੀਜ਼ ਦਾ ਬਾਕੀ ਜਿਹੜਾ ਹੁੰਦਾ ਵੈਸੇ ਵੀ ਸਾਗ ਹੁੰਦਾ ਜਿਹੜਾ ਵਾਈ ਹੁੰਦਾ ਨੀਚੇ ਚਲਾ ਜੇ ਜਿਹੜਾ ਵੈਸੇ ਵੀ ਸਾਗ ਜਿਹੜਾ ਹੁੰਦਾ ਇਹ ਵਾਈ ਹੁੰਦਾ ਇਹਦੇ ਵਾਸਤੇ ਜਿਹੜੀ ਹੈ ਲਸਣ ਦੀ ਮਾਤਰਾ ਥੋੜ੍ਹੀ ਜਿਹੀ ਜ਼ਿਆਦਾ ਹੀ ਹੁਣ ਰੱਖਣੀ ਚਾਹੀਦੀ ਹੈ ਮੈਂ ਜਿਹੜਾ ਹੁਣ ਆਪਣਾ ਸਾਗ ਹੈ ਐਨ ਬਿਲਕੁਲ ਇਹਨੇ ਜਿਹੜਾ ਗਲ ਚੁੱਕਿਆ ਹੁਣ ਸਿਰਫ ਇਹਨੂੰ ਨਾ ਮੈਸ਼ ਕਰਨਾ ਹੀ ਬਾਕੀ ਹੈ ਇਹ ਮੈਂ ਸਾਗ ਜਿਹੜਾ ਧਰਿਆ ਸੀਗਾ ਮੈਂ 3 ਵਜੇ ਧਰ ਦਿੱਤਾ ਸੀ ਤਾਂ ਹੁਣ ਜਿਹੜਾ ਹੈਗਾ 7 ਦੇ ਅੰਦਰ ਬਾਰ ਦਾ ਟਾਈਮ ਹੈਗਾ ਜਦੋਂ ਕਿ ਮੈਂ ਇਹਨੂੰ ਹਜੇ ਘੁੱਟਣ ਲੱਗੀ ਹਜੇ ਇਹ ਹੋਰ ਵੀ ਟਾਈਮ ਪਾਲਦਾ ਜੇ ਆਪਾਂ ਰੀਝ ਨਾਲ ਚੁੱਲ੍ਹੇ 'ਤੇ ਬਣਾਈਏ ਤਾਂ ਮੈਂ ਸਾਗ ਨੂੰ ਕਦੇ ਵੀ ਕੁੱਕਰ ਦੇ ਵਿੱਚ ਨਹੀਂ ਬਣਾਇਆ ਜਦੋਂ ਆਪਾਂ ਘੋਟਣਾ ਅਗਰ ਤਾਂ ਤੁਸੀਂ ਘੋਟ ਸਕਦੇ ਹੋ ਚੁੱਲ੍ਹੇ ਦੇ ਉੱਤੇ ਪਏ ਨੂੰ ਹੀ ਤਾਂ ਬਹੁਤ ਵਧੀਆ ਗੱਲ ਹੈ ਨਹੀਂ ਤਾਂ ਨੀਚੇ ਉਤਾਰ ਕੇ ਤੁਸੀਂ ਘੋਟੋ ਕਦੇ ਵੀ ਇਹ ਰਿਸਕ ਨਾ ਲਿਓ ਜੇ ਤੁਸੀਂ ਅਣਜਾਣ ਹੋ ਤੋੜੀ ਨੂੰ ਆਪਾਂ ਨੀਚੇ ਆਰਾਮ ਨਾਲ ਰੱਖ ਲਿਆ ਕੁੱਜੇ ਨੂੰ ਮਦਨੀ ਦੇ ਇਸ ਸਿਰੇ ਨਾਲ ਉੱਤੋਂ ਮੈਂ ਥੋੜਾ ਜਿਹਾ ਅਲੱਗ ਕੱਢ ਕੇ ਰੱਖ ਲਿਆ ਉਹ ਕਾਹਦੇ ਵਾਸਤੇ ਵੀ ਮਤਲਬ ਦੋ ਤਰ੍ਹਾਂ ਨਾਲ ਮੈਂ ਤੁਹਾਨੂੰ ਨਾ ਜਿਹੜਾ ਹੈਗਾ ਸਾਗ ਘੋਟਣ ਦਾ ਦੱਸੂੰਗੀ ਜੇ ਅਗਰ ਤੁਹਾਡੇ ਕੋਲ ਇਸ ਤਰ੍ਹਾਂ ਦੀ ਮਧਾਨੀ ਜਾਂ ਵੀ ਨਹੀਂ ਵੀ ਅਵੇਲੇਬਲ ਤਾਂ ਆਪਾਂ ਮਿਕਸੀ ਨਾਲ ਵੀ ਕਰ ਸਕਦੇ ਹਾਂ ਮੈਸ਼ ਨੂੰ ਹੱਥ ਤੇ ਇਸ ਤਰ੍ਹਾਂ ਭਾਵੇਂ ਤਾਂ ਗਲਵਜ਼ ਪਾ ਲਈਏ ਭਾਵੇਂ ਦੇਸੀ ਗਲਵਜ਼ ਬਣਾ ਲਈਏ ਕਿਚਨ ਕਲੋਥ ਹੈ ਜਿਹੜਾ ਉਹਨੂੰ ਆਪਾਂ ਹੱਥ ਤੇ ਲਪੇਟ ਲਿਆ ਇਹ ਲੈ ਲਿਆ ਮੈਂ ਬਾਜਰੇ ਦਾ ਆਟਾ ਬਾਜਰੇ ਦਾ ਆਟਾ ਹੋਵੇ ਭਾਵੇਂ ਮਕਈ ਦਾ ਆਟਾ ਹੋਵੇ ਭਾਵੇਂ ਬੇਸਨ ਹੋਵੇ ਭਾਵੇਂ ਜੇ ਕੁਛ ਵੀ ਤੁਹਾਡੇ ਕੋਲ ਮਤਲਬ ਬਾਜਰਾ ਬੇਸਨ ਜਾਂ ਵੀ ਮਕਈ ਦਾ ਆਟਾ ਨਹੀਂ ਅਵੇਲੇਬਲ ਤਾਂ ਫਿਰ ਆਪਾਂ ਕਣਕ ਦਾ ਆਟਾ ਵੀ ਪਾ ਸਕਦੇ ਹਾਂ ਇਹਨੂੰ ਜਿਹੜਾ ਹੈਗਾ ਆਪਾਂ ਇਹਨੂੰ ਕਹਿੰਦੇ ਜੀ ਅੱਲਣ ਸਾਗ ਦੇ ਵਿੱਚ ਜਿਹੜਾ ਐਕਸਟਰਾ ਵਾਟਰ ਹੁੰਦਾ ਉਹਨੂੰ ਸੋਕ ਕਰਨ ਲਈ ਇਹਨੂੰ ਆਪਾਂ ਥੋੜ੍ਹਾ ਥੋੜ੍ਹਾ ਪਾਈ ਜਾਵਾਂਗੇ ਨਾਲ ਦੀ ਨਾਲ ਇਹਨੂੰ ਫਿਰ ਆਪਾਂ ਮੈਸ਼ ਕਰਦੇ ਰਵਾਂਗੇ ਘੋਟਦੇ ਰਵਾਂਗੇ ਤਾਂ ਕਿ ਆਪਣੀ ਵਿੱਚ ਕੋਈ ਆਟੇ ਦੀ ਉਹ ਲੰਘ ਨਾ ਪਏ ਇੰਨੇ ਸਾਗ ਦੇ ਵਿੱਚ ਹੈਗਾ ਜਿਹੜਾ ਮੈਂ ਉਹ 4 ਵਾਰ ਇੰਨਾ ਇੰਨਾ ਪਾ ਰਹੀ ਹਾਂ 4 ਟੇਬਲ ਸਪੂਨ ਹੈ ਜਿਹੜਾ ਆਪਾਂ ਬਾਜਰੇ ਦਾ ਆਟਾ ਵਿੱਚ ਪਾ ਦਿੱਤਾ ਹੁਣ ਇੱਕ ਸਾਗ ਆਪਣਾ ਪੂਰੀ ਤਰ੍ਹਾਂ ਬਿਲਕੁਲ ਘੁੱਟ ਚੁੱਕਿਆ ਬਿਲਕੁਲ ਕਿੰਨਾ ਹੈ ਵਧੀਆ ਮੈਸ਼ ਹੋ ਗਿਆ ਆਪਣਾ ਹੁਣ ਆਓ ਆਪਾਂ ਜਿਹੜਾ ਦੂਸਰਾ ਥੋੜਾ ਸਾਗ ਅਲੱਗ ਤੋਂ ਕੱਢ ਕੇ ਰੱਖਿਆ ਸੀਗਾ ਉਹ ਮੈਂ ਤੁਹਾਨੂੰ ਦੂਸਰੇ ਤਰੀਕੇ ਨਾਲ ਮੈਸ਼ ਕਰਨਾ ਦੱਸਦੀ ਹਾਂ ਆਪਾਂ ਥੋੜਾ ਸਾਗ ਉਹਦੇ ਵਿੱਚੋਂ ਕੱਢਿਆ ਸੀਗਾ ਕੁੱਜੇ ਵਿੱਚੋਂ ਉਹ ਥੋੜਾ ਆਪਾਂ ਅਗਰ ਜੇ ਤੁਸੀਂ ਨਹੀਂ ਵੀ ਉਹਦੇ ਵਿੱਚ ਮਧਾਣੀ ਨਾਲ ਮੈਸ਼ ਕਰ ਵੇਖੋ
ਬਿਲਕੁਲ ਮਧਾਣੀ ਵਰਗੀ ਕੰਸਿਸਟੈਂਸੀ ਆ ਗਈ ਇਹਦੇ ਵਿੱਚ ਵੀ। ਮੈਂ ਤੁਹਾਨੂੰ ਚਮਚ ਨਾਲ ਉੱਪਰ ਚੁੱਕੀ ਵੀ ਪਾਉਣੀ ਲੱਛੀ, ਬਿਲਕੁਲ ਉਸ ਤਰ੍ਹਾਂ ਦੀ ਹੈਗੀ ਆ ਜਿਹੜੀ ਮਧਾਣੀ ਵਰਗੀ ਕੰਸਿਸਟੈਂਸੀ ਆ ਗਈ ਹੈ। ਹੁਣ ਇਹ ਆਪਾਂ ਅਲਝਾ ਕੇ ਫਿਰ ਉਸੇ ਦੇ ਵਿੱਚ ਹੀ ਪਲਟ ਦੇਵਾਂਗੇ। ਇਹ ਸਾਗ ਹੈ ਜਿਹੜਾ ਪਹਿਲਾਂ ਜਿਹੜਾ ਮਧਾਣੀ ਨਾਲ ਤੇ ਕੁੱਜੇ ਨਾਲ ਸੀ ਉਹ ਸੀ ਪੇਂਡੂ ਟਾਈਪ, ਬਿਲਕੁਲ ਖਾਲਸ ਸਾਡੇ ਵਧੀਆ ਪਿੰਡਾਂ ਦੀ ਤਰ੍ਹਾਂ। ਪਰ ਆਹ ਜਿਹੜੀ ਹੈ ਤਰੀਕਾ ਇਹ ਹੈਗਾ ਜੀ ਸ਼ਹਿਰੀਆਂ ਦਾ। ਅਗਰ ਨਹੀਂ ਵੀ ਉਹ ਚੀਜ਼ ਕੁੱਜਾ ਜਾਂ ਮਧਾਣੀ ਨਹੀਂ ਵੀ ਅਵੇਲੇਬਲ ਤਾਂ ਫਿਰ ਮਿਕਸੀ ਦੇ ਨਾਲ ਵੀ ਆਪਾਂ ਉਹ ਚੀਜ਼ ਦਾ ਕਰ ਸਕਦੇ। ਹੁਣ ਇਸ ਤੋਂ ਬਾਅਦ ਆਪਾਂ ਸਾਗ ਨੂੰ ਲਾਵਾਂਗੇ ਤੜਕਾ। ਲਸਣ ਆਪਾਂ ਪਹਿਲਾਂ ਹੀ ਕਾਫੀ ਮਾਤਰਾ ਦੇ ਵਿੱਚ ਜਿਹੜਾ ਬਣਦੇ ਹੋਏ ਸਾਗ ਦੇ ਵਿੱਚ ਪਾ ਚੁੱਕੇ ਹਾਂ। ਹੁਣ ਮੈਂ ਤੜਕੇ ਦੇ ਵਿੱਚ ਲਸਣ ਨਹੀਂ ਪਾ ਰਹੀ, ਲਸਣ ਤੇ ਹਰੀ ਮਿਰਚ ਜਦੋਂ ਆਪਣਾ ਨਾ ਹਲਕਾ ਜਿਹਾ ਲਾਈਟ ਜਿਹਾ ਕਲਰ ਬਰਾਊਨ ਹੋ ਗਿਆ ਇਹਦਾ ਆਪਣੇ ਦਾ ਅਦਰਕ ਦਾ, ਤਾਂ ਜਦੋਂ ਇਹ ਭੁੰਨ ਲਿਆ ਫਿਰ ਇਸ ਤੋਂ ਬਾਅਦ ਆਪਾਂ ਪਾਵਾਂਗੇ ਪਿਆਜ਼। ਸਾਗ ਚ ਜਿਹੜਾ ਇਹਦੇ ਵਿੱਚ ਤੜਕਾ ਥੋੜ੍ਹਾ ਜਿਹਾ ਜ਼ਿਆਦਾ ਹੀ ਖੁੱਲ੍ਹਾ ਪੈਂਦਾ ਹੁੰਦਾ, ਜਿਹੜੇ ਹੁਣ ਆਪਣਾ ਪਿਆਜ਼ ਹੈ ਹਲਕੇ ਜੇ ਕੈਰਮਲਾਈਜ ਹੋ ਗਏ ਆ, ਲਾਈਟ ਕਲਰ ਜਿਹਾ ਹੋ ਗਿਆ। ਜਦੋਂ ਇਸ ਤਰ੍ਹਾਂ ਦੇ ਕਲਰ ਆ ਜਾਏ ਥੋੜ੍ਹਾ ਜਿਹਾ ਲਾਈਟ ਜਿਹਾ ਬਰਾਊਨ ਗੋਲਡਨ, ਸੋਰੀ ਲਾਈਟ ਬਰਾਊਨ ਕਹਿੰਦੀ ਗੋਲਡਨ, ਹਾਂ ਗੋਲਡਨ ਹੋਏ ਨਹੀਂ ਹੈ ਹਜੇ, ਬਸ ਥੋੜ੍ਹੇ ਜਿਹੇ ਹਲਕੇ ਜਿਹੇ ਇਹ ਹੋਏ ਆ ਕੈਰਮਲਾਈਜ, ਉਸ ਤੋਂ ਬਾਅਦ ਆਪਾਂ ਪਾ ਲਾਂਗੇ ਜਿਹੜੇ ਆਪਣਾ। ਇਹਨੂੰ ਚੰਗੀ ਤਰ੍ਹਾਂ ਆਪਾਂ ਨਾ ਭੁੰਨਦੇ ਰਵਾਂਗੇ, ਜਦੋਂ ਨਾਲੇ ਤਾਂ ਹਜੇ ਆਪਣੇ ਜਿਹੜੇ ਹੈਗੇ ਆ ਪਿਆਜ਼ ਹੈ ਉਹ ਪੱਕ ਜਾਏਗਾ ਔਰ ਜਿਹੜੇ ਹੈਗੇ ਆ ਟਮਾਟਰ ਇਹ ਵੀ ਬਿਲਕੁਲ ਜਦੋਂ ਪੱਕ ਜੂਗਾ ਤਾਂ ਉਦੋਂ ਵਿੱਚ ਘੁੱਲ ਜੂਗਾ, ਘੁੱਲੇ ਤੋਂ ਜਿਹੜਾ ਫਿਰ ਥੋੜ੍ਹਾ ਜਿਹਾ ਖੱਟਾਪਨ ਜਿਹਾ ਆਉਂਦਾ ਹੈ ਜਦੋਂ ਤਾਂ ਉਦੋਂ ਸਾਗ ਦੇ ਵਿੱਚ ਹੋਰ ਵੀ ਜ਼ਿਆਦਾ ਟੇਸਟੀ ਲੱਗਦਾ।
मिर्च तो साग के तड़के दे विच जे साबुत लाल मिर्च पाई जावे तड़के दे विच वो होर भी ज्यादा टेस्टी लगती है। मैं जिहड़ी हैगी है हरी मिर्च काफ़ी मात्रा च पा चुकी हाँ, रैड चिली पाउडर भी पाया तो हूँ मैं वो नहीं पा रही। जे खड़ी लाल मिर्च पाई जाए तो बहुत टेस्टी लगती है साग के। अपने प्याज भी पक चुके हैं, जिहड़ा अपना टमाटर टमाटर भी बिल्कुल विच मैश हो गया है, मिक्स हो गया। हुण आपां पावांगे इहदे विच साग। साग है जिहड़ा एक बार आप इकट्ठा बना के रख लेने हुने आ दो दिनां दे वास्ते, क्योंकि इहदे विच जिहड़ा सारे दिन दी इहदे ते मेहनत लग जांदी है। तां फिर इस तरह तां होवे ना वी साडे सरदार जी तां कहिंदे हुंदे आ, कहिंदे हुंदे पहले डंग तां साग स्वाद ही नहीं लगदा, स्वाद ही जदों थोड़ा जिहा रह जांदा दूसरे डंग उदों लगदा हुंदा। सरों का साग बन के तैयार है। उपरों मैं बटर के नाल मक्खन नाल इनू गार्निश किया। मक्खन जिहड़ा हैगा लिंक तुहानू डिस्क्रिप्शन बॉक्स के मिल जूगा, ये मेरा होममेड मक्खन तैयार किया होया। तो सरों का साग का मेल तो ज़्यादा हैगा है जी, मक्खन होवे नाल मक्की की रोटी होवे जां बाजरे की रोटी होवे तो क्या बात है। मेरी अज की वीडियो तुहानू किस तरह की लगी मैनू यह कमेंट बॉक्स के जरूर दसना। मेरी अज की वीडियो वेखना, शेयर करना, लाइक करना, सबसक्राइब करना मेरे चैनल नू, और घंटी वाला बटन दबाना ना भुलना, क्योंकि मेरी आने वाली अगली वीडियो की नोटिफिकेशन थोड़े तक जल्दी पहुँच सके। और मेरी सारी वीडियो वेखन लई तुहाडा बहुत बहुत थैंक यू सो मच।